ਕਿੰਨੀ ਸ਼ਰਾਬ ਤੁਹਾਡੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਜਾਂਦੀ ਹੈ, ਸਿਰਫ ਦਿਲ ਦੀ ਗੱਲ ਕਰਦੇ ਆ, ਹਾਲਾਂਕਿ ਫਿਰ ਆਪ ਬਹੁਤ ਸਾਰੇ ਆਰਗਨਸ ਨੂੰ ਇੰਪੈਕਟ ਕਰ। ਦੇਖੋ ਹਾਰਟ ਦੇ ਹਿਸਾਬ ਨਾਲ ਅਲਕੋਹਲ ਹੈ ਉਹ ਕਾਰਡੀਓ ਟੌਕਸਿਕ ਹੋ ਸਕਦੀ। ਕਾਰਡੀਓ ਟੌਕਸਿਕ ਦਾ ਮਤਲਬ ਹੈ ਕਿ ਅਲਕੋਹਲ ਡਰਿੰਕ ਦਾਰੂ ਜਿਹੜੀ ਆ ਹਾਰਟ ਦੀ ਮਸਲ ਨੂੰ ਡਾਇਰੈਕਟ ਡੈਮੇਜ ਕਰ ਸਕਦੀ ਆ, ਡਾਇਰੈਕਟ ਇਨਫਲਾਮੇਸ਼ਨ ਕਰ ਸਕਦੀ ਹੈ। ਤੇ ਹੁਣ ਇਹਦੇ ਵਿੱਚ ਪੁਆਇੰਟਸ ਆਉਂਦੇ ਆ ਕਿ ਉਹ ਕਿੰਨੀ ਛੇਤੀ ਤੁਹਾਡੇ ਖੂਨ ਦੇ ਵਿੱਚ ਗਈ ਤੇ ਕਿੰਨੀ ਕੁਆਂਟਿਟੀ ਦੇ ਵਿੱਚ ਗਈ। ਤਾਂ ਉਹਦੇ ਵਿੱਚ ਪੁਆਇੰਟ ਆਉਂਦਾ ਹੈ ਕਿ ਜਿਹੜੀ ਵੀ ਤੁਸੀਂ ਡਰਿੰਕ ਕਰ ਰਹੇ ਹੋ ਉਹਦੇ ਵਿੱਚ ਕਿੰਨੇ ਪਰਸੈਂਟ ਅਲਕੋਹਲ ਹੈ, ਉਦੋਂ ਪਹਿਲੇ ਤੁਹਾਡੇ ਸਟਮਕ ਦੇ ਵਿੱਚ ਕੀ ਸੀ, ਉਹਦੇ ਬਾਅਦ ਤੁਹਾਡੇ ਸਟਮਕ 'ਚ ਕੀ ਗਿਆ। ਕਿਉਂਕਿ ਪੇਟ ਦੇ ਅੰਦਰ ਜੇ ਖਾਲੀ ਨੀਡ ਕੋਈ ਸ਼ਰਾਬ ਜਾਊਗੀ ਤੇ ਉਹ ਜਲਦੀ ਥੱਲੇ ਜਾ ਕੇ ਜਲਦੀ ਐਬਜ਼ੌਰਬ ਹੋ ਜਾਏਗੀ, ਤੇ ਜਲਦੀ ਐਬਜ਼ੌਰਬ ਹੋਏਗੀ ਤੇ ਐਬਜ਼ੌਰਬ ਹੋ ਕੇ ਲਿਵਰ ਉਹਨੂੰ ਮੈਨੇਜ ਨਹੀਂ ਕਰ, ਲਿਵਰ ਇੱਕ ਘੰਟੇ ਦੇ ਵਿੱਚ ਇੱਕ ਪੈਗ 30 ml ਮੈਨੇਜ ਕਰ ਸਕਦਾ, 30 ml ਆਫ 40-50% ਅਲਕੋਹਲ, ਠੀਕ ਹੈ, ਤੇ 30 ml ਉਹ ਮੈਨੇਜ ਕਰ ਸਕਦਾ। ਦੈਟ ਮੀਨਸ ਤੁਹਾਡੀ ਬਾਡੀ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਉਣ ਦੀ ਸ਼ਮਤਾ ਰੱਖਦਾ ਹੈ। ਲੇਕਿਨ ਇਹ ਨੋਰਮਲ ਲਿਵਰ ਆ, ਅੱਧੇ ਤੋਂ ਜ਼ਿਆਦਾ ਬੰਦਿਆਂ ਦਾ ਲਿਵਰ ਪ੍ਰੋਬਲਮ ਵਿੱਚ ਬੈਠਿਆ, ਕਿਤੇ ਕਿਸੇ ਨੇ ਮੋਟਾ ਮੋਟਾਪਾ ਆਇਆ ਪਿਆ, ਕਿਸੇ ਦਾ ਇਨਫਲਾਮੇਸ਼ਨ ਹੋ ਪਿਆ, ਤੇ ਤੁਹਾਡੀ ਕੈਪੈਸਿਟੀ ਘੱਟ ਵੀ ਹੋ ਸਕਦੀ ਹੈ। ਤੇ ਜੇ ਤੁਸੀਂ ਇੱਕ ਘੰਟੇ ਦੇ ਵਿੱਚ 2 ਪੈਗ ਲਾ ਲਏ ਤੇ ਬਾਡੀ ਦੇ ਵਿੱਚ 1 ਪੈਗ ਜਾਂ ਉਸ ਤੋਂ ਜ਼ਿਆਦਾ ਐਕਸਟਰਾ ਚਲਾ ਗਿਆ ਵਾ ਜਿਹੜਾ ਲਿਵਰ ਮੈਨੇਜ ਨਹੀਂ ਕਰ ਸਕ ਰਿਹਾ, ਤੁਹਾਡੇ ਖੂਨ ਦੇ ਵਿੱਚ ਡਾਇਰੈਕਟ ਜਾਊਗਾ, ਔਰ ਖੂਨ ਦੇ ਵਿੱਚ ਜਿਹੜਾ ਉਹਦਾ ਮੈਟਾਬੋਲਿਕ ਪ੍ਰੋਡਕਟਸ ਨੇ ਇਹ ਐਸੀਟਲਡੀਹਾਈਡ ਐਲਡੀਹਾਈਡ ਜਿਹੜਾ ਆ ਉਹ ਤੁਹਾਡੀ ਬਾਡੀ ਦੇ ਵਿੱਚ ਜਾ ਕੇ ਬ੍ਰੇਨ ਨੂੰ ਵੀ ਤੇ ਹਾਰਟ ਨੂੰ ਵੀ ਸਾਰੀ ਬਾਡੀ ਨੂੰ ਡੈਮੇਜ ਕਰ ਸਕਦਾ, ਮਤਲਬ ਮਾਈਨਰ ਲੈਵਲ ਆਫ ਇਨਫਲਾਮੇਸ਼ਨ ਕਰ ਸਕਦਾ। ਹੁਣ ਇਹ ਇਨਫਲਾਮੇਸ਼ਨ ਪ੍ਰੀ ਐਗਜ਼ਿਸਟਿੰਗ ਪ੍ਰੋਬਲਮ ਜੋ ਵੀ ਤੁਹਾਡੀ ਹਾਰਟ ਦਾ ਪ੍ਰੋਬਲਮ ਦਾ ਇੰਨੇ ਸਾਰੇ ਬਿਮਾਰੀਆਂ ਦੇ ਨਾਲ ਐਡ ਹੀ ਹੋ ਗਿਆ ਨਾ, ਐਡ ਹੋ ਗਿਆ, ਤੇ ਤੁਹਾਡੀ ਬਿਮਾਰੀਆਂ ਉਹਦੇ ਕਰਕੇ ਕਿਸੇ ਨੂੰ ਇੱਕਦਮ ਸਾਹਮਣੇ ਆ ਜਾਂਦੀ, ਉਹਨੂੰ ਲੱਗਦਾ ਬਸ ਦਾਰੂ ਦੇ ਕਰਕੇ ਹੋਇਆ, ਨਹੀਂ, ਇਹ ਬਹੁਤ ਸਾਰੀ ਚੀਜ਼ਾਂ ਇੱਕ ਸਾਥ ਕੰਮ ਕਰਦੀ ਹੈ। ਤੇ ਡਰਿੰਕਿੰਗ ਦੀ ਲਿਮਿਟ 1 ਪੈਗ ਦੀ ਹੈਗੀ ਆ, ਉਹ ਵੀ 1 ਘੰਟੇ ਦੇ ਅੰਦਰ। ਉਹ ਵੀ ਲੋਕੀ ਕਹਿੰਦੇ ਆ ਕਿ ਅੱਜ ਦੇ ਡੇਟ ਵਿੱਚ ਦਾਰੂ ਦਾ ਕੋਈ ਭਰੋਸਾ ਨਹੀਂ ਹੈ, ਕੁਆਲਿਟੀ ਦਾ ਕੋਈ ਭਰੋਸਾ ਨਹੀਂ ਹੈ, ਮਿਲਾਵਟ ਦਾ ਕੋਈ ਭਰੋਸਾ ਨਹੀਂ ਹੈ, ਤਰੀਕੇ ਦੇ ਬਣਾਉਣ ਦਾ ਕੋਈ ਭਰੋਸਾ ਨਹੀਂ ਹੈ, ਕੋਈ ਰੈਗੂਲੇਸ਼ਨ ਨਹੀਂ ਹੈ, ਤਾਂ ਤੁਸੀਂ ਅਵੋਇਡ ਕਰੋ। ਤਾਂ ਖਾਲੀ ਪੇਟ ਪੀਣ ਨਾਲੋਂ ਪਹਿਲਾਂ ਬੰਦਾ ਕੁਛ ਖਾ ਲਵੇ ਉਹ ਬੈਟਰ ਹੈ, ਜਾਂ ਦਾਰੂ ਦੇ ਨਾਲ ਕਈ ਜਿਵੇਂ ਚਿਕਨ ਮਟਨ ਖਾਂਦੇ ਆ, ਕੋਈ ਦਾਰੂ ਚ ਕੋਕ ਪਾ ਕੇ ਪੀ ਰਿਹਾ, ਇਹਨਾਂ ਚੀਜ਼ਾਂ ਦੇ ਜ਼ਿਆਦਾ ਨੁਕਸਾਨ। ਦੇਖੋ ਜੇ ਪੀਣੀ ਹੀ ਹੈ ਤਾਂ ਪਹਿਲੇ ਤੇ ਪਾਣੀ ਪੀਓ, ਥੋੜਾ ਜਿਹਾ 1-2 ਗਲਾਸ ਪਾਣੀ ਪੀਓ, ਉਹਦੇ ਬਾਅਦ ਥੋੜਾ ਬਹੁਤਾ ਕੁਛ ਖਾਓ, ਉਹਦੇ ਬਾਅਦ ਜੇ ਤੁਸੀਂ ਪੀਓਗੇ ਉਹਦੇ ਵਿੱਚ ਜਦੋਂ ਪੀਂਦੇ ਹੋ ਪੀਂਦੇ ਵਿੱਚ ਤੁਸੀਂ ਕੁਛ ਖਾਣਾ ਹੈ, ਉਹਦੇ ਬਾਅਦ ਜਦੋਂ ਪੀ ਲਿਆ ਪੀਣ ਦੇ ਬਾਅਦ ਫੇਰ ਖਾਣਾ ਹੈ ਔਰ ਫੇਰ ਪਾਣੀ ਪੀਣਾ ਹੈ, ਤਾਂ ਤੁਸੀਂ ਉਹਦੇ ਬੈਡ ਇਫੈਕਟਸ ਨੂੰ ਮੈਨੇਜ ਕਰ ਸਕਦੇ। ਆਖਰੀ ਸਵਾਲ ਡਾਕਟਰ ਸਾਹਿਬ, ਮੰਨ ਲਓ ਕੋਈ ਬੰਦਾ ਆਪਣੇ ਆਪ ਨੂੰ ਫਿੱਟ ਸਮਝਦਾ ਹੈ, ਤਾਂ ਕਿੰਨੇ ਟਾਈਮ ਬਾਅਦ ਉਹਨੂੰ ਹਾਰਟ ਦੇ ਕਿਹੜੇ ਕਿਹੜੇ ਟੈਸਟ ਕਰਾ ਲੈਣੇ ਚਾਹੀਦੇ ਆ, ਜੇ ਉਹਨੂੰ ਕਿਸੇ ਤਰੀਕੇ ਦਾ ਕੋਈ ਵਹਿਮ ਵੀ ਆਉਂਦਾ ਜਾਂ ਨਹੀਂ ਵੀ ਆਉਂਦਾ? ਦੇਖੀਏ ਜੇ ਬੰਦਾ ਫਿੱਟ ਹੈ ਤੇ ਦੌੜ ਸਕਦਾ ਹੈ, ਜੇ ਦੌੜ ਸਕਦਾ ਹੈ ਤੇ ਸਭ ਤੋਂ ਵੱਡਾ ਟੈਸਟ ਉਹਦਾ TMT ਹੈ, ਟ੍ਰੈਡਮਿਲ ਟੈਸਟ। ਤੇ ਟ੍ਰੈਡਮਿਲ ਟੈਸਟ ਇੱਕ ਬਹੁਤ ਵਧੀਆ ਟੈਸਟ ਹੈ, ਸਭ ਤੋਂ ਸਸਤਾ ਟੈਸਟ ਹੈ ਜਿਹੜਾ ਹਾਰਟ ਨੂੰ ਸਟ੍ਰੈਸ ਪਾ ਕੇ ਆਪਾਂ ਚੈੱਕ ਕਰ ਸਕਦੇ ਹਾਂ। ECG ਵੱਲ ਉਹ ਪਤਾ ਇਸ ਕਰਕੇ ਨਹੀਂ ਲੱਗਦਾ ਕਿ ECG 1 ਸੈਕਿੰਡ ਦੀ ਆ, ਉਹ 1 ਸੈਕਿੰਡ ਦੀ ECG ਜੇ ਤੁਹਾਡੇ ਹਾਰਟ ਦੇ ਵਿੱਚ ਪਹਿਲੇ ਡੈਮੇਜ ਹੋਇਆ ਉਹ ਪਕੜਾ ਜਾਏਗਾ, ਜੇ ਤੁਹਾਡੇ ਹਾਰਟ ਦੇ ਵਿੱਚ ਇਸ ਵੇਲੇ ਡੈਮੇਜ ਹੋ ਰਿਹਾ ਤਾਂ ਹੀ ਪਕੜੇਗਾ, ਉਹ ਇਹ ਨਹੀਂ ਦੱਸੇਗਾ ਕਿ ਹਾਰਟ 'ਚ 90% ਬਲੌਕ ਹੈ ਜਾਂ 70 ਹੈ ਜਾਂ 50%। ਈਕੋਕਾਰਡੀਓਗ੍ਰਾਫੀ ਨਾਮ ਦਾ ਟੈਸਟ ਆਉਂਦਾ ਹੈ, ਉਹ ਹਾਰਟ ਦੇ ਸਾਈਜ਼, ਸ਼ੇਪ, ਉਹਦੀ ਫੰਕਸ਼ਨੈਲਿਟੀ, ਉਹਦੀ ਪੰਪਿੰਗ ਪਾਵਰ, ਉਹਦੇ ਵੈਲਵਸ, ਉਹਦੇ ਦਰਵਾਜ਼ੇ, ਉਹਦੀ ਚੇਂਬਰ ਸਾਈਜ਼, ਵੱਡਾ ਛੋਟਾ ਤਾਂ ਨਹੀਂ ਹੋ ਗਿਆ, ਸਟਰਕਚਰਲ ਪ੍ਰੋਬਲਮ ਵਾਸਤੇ ਈਕੋਕਾਰਡੀਓਗ੍ਰਾਫੀ ਕਰਾਉਂਦੇ ਆ। ਤੇ ਈਕੋਕਾਰਡੀਓਗ੍ਰਾਫੀ ਹਰ ਬੰਦੇ ਨੂੰ ਕਦੀ ਨਾ ਕਦੀ 30 ਸਾਲ ਦੀ ਉਮਰ ਦੇ ਆਸ ਪਾਸ ਜਾਂ 40 ਦੇ ਆਸ ਪਾਸ ਕਰਨੀ ਚਾਹੀਦੀ ਹੈ, ਤੇ ਉਹ ਰਿਪੀਟ ਹੋਣੀ ਚਾਹੀਦੀ ਹੈ 1-2 ਸਾਲ, 5 ਸਾਲ। ਲੇਕਿਨ ਜਿਹੜੀ ਸਭ ਤੋਂ ਜ਼ਰੂਰੀ ਟੈਸਟ ਆ ਉਹ ਹੈ ਸਟ੍ਰੈਸ ਟੈਸਟ। ਸਟ੍ਰੈਸ ਟੈਸਟ ਬਾਡੀ ਦੇ ਵਿੱਚ ਹਾਰਟ ਨੂੰ ਸਟ੍ਰੈਸ ਪਾ ਕੇ ਆਪਾਂ ਚੈੱਕ ਕਰਦੇ ਹਾਂ ਕਿ ਬਾਡੀ ਹਾਰਟ ਸਟ੍ਰੈਸ ਲੈ ਸਕਦਾ ਹੈ। 70% ਤੋਂ ਉੱਤੇ ਜਦੋਂ ਬਲੌਕੇਜ ਚਲਾ ਜਾਂਦਾ ਹੈ
ਤੇ ਸਟ੍ਰੈਸ ਟੈਸਟ ਉਹਨੂੰ ਫੜ ਸਕਦਾ, ਉਦਾਂ ਨਹੀਂ ਪਤਾ ਲੱਗੇਗਾ, ECG ਇਕੋ ਨੋਰਮਲ ਆਏਗਾ, 90% ਬਲੋਕੇਜ ਵੀ ਹੋਏਗੀ ਤਾਂ ਵੀ ECG ਇਕੋ ਨੋਰਮਲ ਆਏਗਾ, ਜਿੰਨਾ ਚਿਰ ਉਹ ਅਟੈਕ ਨਹੀਂ ਹੋ ਗਿਆ ਹੋ ਜਾਂਦਾ, ਉਹ ਸਟ੍ਰੈਸ ਵਿੱਚ ਪਤਾ ਲੱਗੇਗਾ। ਜਿਹੜੇ ਸਟ੍ਰੈਸ ਵਿੱਚ ECG ਚ ਚੇਂਜਸ ਆ ਰਿਹਾ ਹੈ ਜਾਂ ਦੌੜਦੇ ਵੇਲੇ ਚਲਦੇ ਵੇਲੇ ਸਾਹ ਜ਼ਿਆਦਾ ਫੁੱਲ ਰਿਹਾ, ਛਾਤੀ 'ਚ ਦਰਦ ਹੋ ਰਿਹਾ, ਉਸ ਵੇਲੇ ECG 'ਚ ਚੇਂਜਸ ਆ ਰਿਹਾ, ਉਹ ਦੱਸਦਾ ਹੈ ਕਿ ਤੁਹਾਡੇ ਬੋਡੀ ਦੇ ਹਾਰਟ ਨੂੰ ਉਸ ਵੇਲੇ ਖੂਨ ਦਾ ਸਪਲਾਈ ਘੱਟ ਹੋ ਗਿਆ, ਔਰ ਕਿਸ ਹਿੱਸੇ 'ਚ ਘੱਟ ਹੋ ਗਿਆ, ਕਿੰਨਾ ਘੱਟ ਹੋ ਗਿਆ, ਉਹ ECG ਦੱਸਦੀ ਹੈ TMT ਦੇ ਵਿੱਚ। ਤਾਂ TMT ਜਾਂ ਸਟ੍ਰੈਸ ਟੈਸਟ ਸਭ ਤੋਂ ਬੇਸਿਕ ਆ, ਉਸ ਤੋਂ ਉੱਤੇ ਜਾਂਦੇ ਆ, ਉਹਨੂੰ ਈਕੋ ਦੇ ਨਾਲ ਬਣਾ ਕੇ, ਸਟ੍ਰੈਸ ਈਕੋ ਹੋ ਗਿਆ, ਉਹਦੇ ਨਾਲ ਤੁਸੀਂ ਬੋਡੀ ਦੇ ਵਿੱਚ ਇੱਕ ਰੇਡੀਓ ਆਈਸੋਟੋਪ ਪਾ ਕੇ ਕੀ ਕਹਿੰਦੇ ਸਟ੍ਰੈਸ ਥੈਲੀਅਮ ਟੈਸਟ ਹੁੰਦਾ ਹੈ, ਸਟ੍ਰੈਸ MPS ਉਹ ਹੁੰਦੇ ਆ, ਇਹ ਟੈਸਟ ਸਭ ਤੋਂ ਬੇਸਿਕ ਹੈ, ਸਕਰੀਨਿੰਗ ਟੈਸਟ ਆ। ਤੇ ਇਹ ਸਕਰੀਨਿੰਗ ਦਾ ਮਤਲਬ ਹੀ ਹੈ ਕਿ ਤੁਸੀਂ 40-50 ਦੀ ਬਾਅਦ ਤੁਸੀਂ ਇਹ ਕਰਾਉਂਦੇ ਰਹੋ ਤਾਂ ਕਿ ਸਕਰੀਨਿੰਗ ਹੋਵੇ ਤੁਹਾਡਾ ਹਾਰਟ ਸਹੀ ਹੈ ਕਿ ਨਹੀਂ। ਜੇ ਤੁਹਾਨੂੰ ਡਾਊਟ ਹੈ ਉਸ ਦੇ ਬਾਅਦ ਕਿ ਇਹਦੇ ਵਿੱਚ ਗੜਬੜ ਆਈ, ਫਿਰ ਤੁਹਾਡਾ ਐਂਜੀਓਗ੍ਰਾਫੀ ਹੁੰਦਾ, ਭਾਵੇਂ CT ਐਂਜੀਓਗ੍ਰਾਫੀ ਭਾਵੇਂ ਨੋਰਮਲ ਐਂਜੀਓਗ੍ਰਾਫੀ।